बिस्मिल्लाहिर्रहमानिर्रहीम, अस्सलाम वालेकुम नाज़रीन, मैं मोहम्मद क़लीम और सुन रहे हो यूट्यूब चैनल अपना कश्मीर। उम्मीद करना के सारे पिनपरा और बुजुर्ग हैरो हेड इतना रसूलुल्लाह पाक ने जो मान के सो नाज़रीन इस टीम में मौजूद सद का बाद और आज इतू ऊँटा ने रवानगी है कलियाम शरीफ मेले की। जैसा कि तुम्हें पता भी होगी पिछले साल ही मैं वीडियो बनाई थी कलियाम शरीफ, जहाँ सा कलियाम शरीफ जिला रावलपिंडी ने अंदर रचना एक दरबार अल मशहूर है हजरत बाबा फजल कलियाम रहमतुल्लाह अलैह, उन्होंने दरबार ही उत्थे सालाना मेला होना है तकरीबन 9-10 रोज पर मेला मुश्तमिल होना और हर साल की तरह इस साल भी इतू ऊँट चाहिए उस मेले की शरीक होने मारे हैं। इतने ऊपर कुछ ऊँट आ चुके और कुछ आई रे और कुछ अवामी आई रही है, इतु एक पूरे माहौल नाल इतू ऊँटा ने रौनगी हो सी और तकरीबन अगर पैदल खड़िया ने तो 3-4 रोज़ की कोई सुनो ऊँट इस वाले चलो गलबात कर सा कोई भाई असो सुनो ऊँटा ले जरे अस किसने मतलब मलबात दे सुने इस टाइम में सबका बाद मौजूद हाँ। और इस मेले की बड़े बड़े दूरों बंदे इसने पूरे पाकिस्तान जो बंदे इसने पिछले साल में गया सा और तो क्या एक बहुत बड़ा मेला होना और हजरत बाबा फजल शाह कलियामी उन्होंने मतलब जी मालूमात थी चलो जी नेक्स्ट वीडियो होती जी अस उत्थे जेदे बना सा उस मेले की उसने अंदर मैं तुम्हें सारी मालूमात भी देसा। हूँ चलो अस उपर चलने ऊँट बगैर दसने फुल माहौल होती तुम वीडियो फुल वाच करनी Thank you.
ਨਜ਼ਰੀਨ ਊਂਟ ਤੇ ਜਾਈਦੇ ਤਕੀਆ ਦਰਬਾਰ ਪਰ ਅੱਜ ਚਾਚੇ ਨਾਲ ਗੱਲਬਾਤ ਕਰਨੇ ਆ ਕਿ ਪੁੱਛਨੇ ਨੇ ਕਿ ਕਦੋਂ ਹੈ ਊਂਟ ਕਰਤੂਨੇ ਔਰ ਊਂਟ ਕੁਛ ਨੇ ਕੁਛ ਨੇ ਅਸਲਾਮ ਵਾਲੇਕਮ ਵਾਲੇਕਮ ਸਲਾਮ ਜੀ ਚਾਚਾ ਤੁਸਨ ਕਹਨਾ ਆ ਮਾਰਾ ਨਾਮ ਸ਼ਦਾਗ ਆ ਜੀ ਅੱਛਾ ਤੇ ਤੁਸਨ ਕਹਨਾ ਆ ਜੀ ਗਜ਼ਾਨ ਫਰਮਾ ਅੱਛਾ ਚਾਚਾ ਇਹਲੇ ਊਂਟ ਕੁਛ ਨੇ ਕੁਛ ਨੇ ਤੇ ਕਲਿਆਮ ਸ਼ਰੀਫ ਜਾਈਦੇ ਇਹ ਊਂਟ ਹੈ ਜਿਹੜਾ ਚੌਧਰੀ ਅਨਸਰ ਨੇ ਤਰਾ ਅੱਛਾ ਇੱਕ ਚੌਧਰੀ ਦੇ ਫਕਾਰ ਨਾ ਇੱਕ ਚੌਧਰੀ ਅਰਸ਼ਦ ਨਾ ਸਿਆਹਾਂ ਤੋਂ ਅੱਛਾ ਹੁਣ ਸ਼ੌਕ ਆਣੇ ਵੇਲੇ ਕਲਿਆਮ ਸ਼ਰੀਫ ਜਾਈਦੇ ਹੁਣ ਜਿਹੜੇ ਤੱਕੀਏ ਦਰਬਾਰ ਪਰ ਸਲਾਮ ਕੇ ਦਰਬਾਰ ਪਰ ਕਰ ਸੋ ਸ਼ਾਮੀ ਇਥਾ ਲੰਗਰ ਹੋ ਸੀ ਚੋਦੀ ਅਨਸਰ ਨੇ ਕਰ ਅੱਛਾ ਇਹ ਸਾਰੇ ਲੰਗਰ ਹੋ ਰਹਾ ਹਾਂ ਲੰਗਰ ਹਰ ਬੰਦੇ ਨੇ ਕਰ ਲੰਗਰ ਹੋਣਾ ਉਠਾ ਅੱਛਾ ਮਾਸ਼ਾਅੱਲਾ ਸਰਕਾਰ ਕਠਾਲ ਕਰਾਇਆ ਅੱਜ ਸਰਕਾਰ ਨਾਲ ਲੰਗਰ ਸਾ ਕਠਾਲ ਲੱਭ ਉਥੋਂ ਖਾਈਦਾ ਇਸ ਨੇ ਬੇ ਹੁਣ ਤਾਂ ਹੁਣ ਇਥਾ ਦਰਬਾਰ ਮੋਏ ਤਾਂ ਅਨਸਰ ਨੇ ਕਰ ਅੱਛਾ ਲੰਗਰ ਆ ਇਥਾ ਖਾਸਾ ਅੱਛਾ ਤੁਸੀਂ ਪਤਾ ਹੈ ਕਿ ਇਹਲੇ ਉਂਟ ਘਰ ਪਾਲਨੇ ਕਿਤਨਾ ਅਰਸਾ ਇਹਨੇ ਰੱਖੀ ਰੱਖਿਆ ਤਾਂ ਪਾਲੇ ਨੇ ਤਾਂ ਅੱਜ ਖਰੀਦੇ ਮਿਲੀ ਤਕਰੀਬਨ 3 ਸਾਲ ਹੋ ਨੌਂ ਜਵਾਨ ਆ ਤਰੇ ਸਾਲ ਇਸ ਕੇ ਖਿਦਮਤ ਕਰਨੇ 4 ਸਾਲ ਫਿਰ ਮਿਲੇ ਕੋਈ 4 ਸਾਲ ਰੱਖਣੇ ਹਰ ਸਾਲ ਖਾਣੇ ਮਿਲੇ ਅੱਛਾ ਹਰ ਸਾਲ ਰੱਖਣੇ ਤੇ ਹੋਰ ਇਸ ਸ਼ੌਕ ਨੇ ਬਾਰੇ ਕੀ ਹਨਾ ਚਾਹੁੰਦੇ ਉਂਠਾ ਦਾ ਸ਼ੌਕ ਆ ਉਂਠਾ ਦਾ ਸ਼ੌਕ ਆਸਾ ਸ਼ੌਕ ਆ ਜਾਂ ਇੱਕ ਵਾਰ ਰੱਖਾ ਮੁਰੇ ਸਾਰੀ ਜ਼ਿੰਦਗੀ ਛੋੜਨਾ ਹੀ ਨਹੀਂ ਛੋੜਨਾ ਹੀ ਨਹੀਂ ਜਾ ਕੋਈ ਹਾਂ ਇਸ ਵਾਸਤੇ ਹਰ ਸਾਲ ਸ਼ੌਕ ਆ ਚਲੋ ਸਵਾਮੀ ਅੱਛਾ ਨਾ ਦਰਬਾਰ ਪਰ ਅੱਛਾ ਨਾ ਤੇ ਚਲੋ ਨਾਜ਼ਰੀਨ ਤੁਸੀਂ ਚਾਚੇ ਨੇ ਗੱਲਾਂ ਬਾਤਾਂ ਸੁਣਤੀਆਂ ਦਰਬਾਰ ਪਰ ਜਾਈਦੇ ਤੇ ਉੱਥੇ ਜਾਈਦੇ ਉਂਠਾ ਨੇ ਇਸਲਾਮੀ ਕਰਸਨ ਦਾ ਕਾਲੀ ਤੂੰ ਉਂਠ ਕਰਸਨ ਕਲੀਆਂ ਫਿਟੀ ਮਿਲੇ ਨਾਜ਼ਰੀਨ ਸੋ ਚਾਚੇ ਨੇ ਗੱਲਾਂ ਸੁਣਤੀਆਂ ਸੁਣ ਚਾਚਾ ਰਾਣੇ ਕੇ ਲੈ ਉਂਠ ਜਾਈਦੇ ਤਕੀਏ ਦਰਬਾਰ ਪਰ ਉੱਥੇ ਜਾਈਦੇ ਸਲਾਮੀ ਅਜ ਕਰਸਨ ਔਰ ਕੱਲ ਲੈ ਉਂਠ ਜਾਸਨ ਕਲਿਆਮ ਸ਼ਰੀਫ ਮੇਲੇ ਨੀ ਤਰਫ ਰਵਾਨਾ ਹੋਸਨ ਔਰ ਪਿਛਲੇ ਸਾਲ ਹੀ ਮੈਂ ਗਿਆ ਸਾਂ ਕਲਿਆਮ ਸ਼ਰੀਫ ਔਰ ਉੱਥੇ ਜਾਈਦੇ ਵੀਡੀਓ ਬਣਾਈ ਸੀ ਲੇਕਿਨ ਉਸ ਟਾਈਮ ਮੈਂ ਗਾਲਬਨ ਅਸਨ ਸਬਸਕ੍ਰਾਈਬਰ 1500 ਸੇ ਔਰ ਇਸ ਵਜ੍ਹਾ ਸੇ ਇਤਨੇ ਜ਼ਿਆਦਾ ਬੰਦੇ ਓਲੀ ਵੀਡੀਓ ਨਹੀਂ ਸੇ ਤੱਕੀ ਸਕੇ ਔਰ ਹੁਣ ਅਲਹਮਦੁਲਿਲਾ ਅਸਨ ਸਬਸਕ੍ਰਾਈਬਰ 11000 ਪਲੱਸ ਹੈ ਔਰ ਜਿਹੜੀ ਵਧੀਆ ਅਸਨ ਯੂਟਿਊਬ ਫੈਮਿਲੀ ਬਣਤੀ ਹੈ ਉਸਕੀ ਵੀ ਅਸਨ ਇਸ ਵਾਰ ਇਨਸ਼ਾਅੱਲਾ ਕਲਿਆਮ ਸ਼ਰੀਫ ਮੇਲਾ ਦੱਸਾਂ ਕਿ ਉੱਥੇ ਕਿਤਨੀ ਬੜੀ ਤਾਦਾਦ ਕੀ ਊਂਟ ਆਉਣੇ ਔਰ ਉਮੀਦ ਕਰਨੇ ਕਿ ਵੀਡੀਓ ਤੁਸੀਂ ਜ਼ਰੂਰ ਪਸੰਦ ਆਈ ਸੀ ਅਗਰ ਜ਼ਿੰਦਗੀ ਫਾਕ ਦਿੱਤੀ ਤਾਂ ਇੱਕ ਨਵੀਂ ਵੀਡੀਓ ਮੁਲਾਕਾਤ ਹੋ ਸੀ ਅੱਲਾ ਹਾਫਿਜ਼।